पंजाब पुलिस दे एक एडिशनल SHO जो कि लुधियाना PAU तैनात है उसकी गुंडागर्दी सामने आई है। दस दईए कि इस अधिकारी ने समराला दे सरकारी हस्पताल दे विच अद्धी रात नूं वड्डा हंगामा कर दिता अते दारू पी के ड्यूटी ते तैनात जिहड़े महिला डॉक्टर सीगे उन्हां नूं गोली मारन की धमकी भी दे दित्ती। इस घटना की एक वीडियो भी सामने आ रही है, पहलां तुहानूं दिखाउने आ इह वायरल वीडियो। है की है तुसीं कित्थे सी? हां जां ना जवाब दिओ सर, हां जां ना, तुहाडी ड्यूटी है, ड्यूटी है तुहाडी, ਤੁਸੀਂ ਕਿੱਥੇ ਗਏ ਸੀ? ਪਰੇ ਚਲ ਬੇਟਾ, ਪਰੇ ਹੋ ਜਾ, ਮੈਂ ਗੋਲੀ ਮਾਰ ਲੂ ਇੱਕ ਮਿੰਟ ਤੋਂ ਪਹਿਲਾਂ, ਰਿਕਾਰਡ ਹੋ ਰਿਹਾ, ਰਿਕਾਰਡ ਹੋ ਰਿਹਾ ਮੇਰੇ ਕੋਲ, ਉੱਥੇ ਬਹਿ ਜਾ ਪਰੇ। ਤੇਰੇ ਵਰਗੇ ਮੇਰੇ ਗੱਡੀਆਂ ਨੇ ਨਾ ਟਾਇਰ ਧੋਂਦੇ ਨੇ, ਆਹ ਦੇਖ ਲੈ ਮੈਂ ਰਿਕਾਰਡ ਕਰ ਰਿਹਾ, ਇੱਦਾਂ ਹੀ ਭੇਜੂ। ਤੇਰੇ ਵਰਗੇ ਨਾ ਮੇਰੀਆਂ ਗੱਡੀਆਂ ਦੇ BAV ਪੜੇ ਹੋਏ ਮੁੰਡੇ ਕਾਂਸਟੇਬਲ ਮੇਰੀਆਂ ਕਾਰਾਂ ਦੇ ਟਾਇਰ ਧੋਂਦੇ ਨੇ, ਤੂੰ ਕੀ ਚੀਜ਼ ਆ ਓਏ? ਹੈ मैं गलत होऊंगा, मैनू डिसमिस करा दो, नहीं तो ना डॉक्टर मैडम है, ना वो है, ना ये है, ना ये है, ना वो है। एक दो तीन चार पांच, चन्नी साहब मैं सवेरे आ रहा हूं तो टाइम लेके, जैन सर जैन हूं गल कर जिहड़ी करनी, आ जाओ हूं कर जिहड़ी करनी, आ जाओ कर जिहड़ी करनी, बंद कर दो मैं, आ जाओ कर जिहड़ी करनी, कर हूं बना वीडियो, तेनू वीडियो बनाने की आनी, मेरी 31 साल की नौकरी तू जमया नहीं सी उदो जो मैं भर्ती हो गया, रुमाल जहा बन के तू DSP बन गया तू, है रुमाल बन के तू DSP बन गया। आ वीडियो मेरे को चनी नू भेज दू, ते DGP नू भेज दू, ते नेट ते पाऊंगा, अगला तो पै गई हूं। दसो जी गल सुन, हुणे खौफ दे साए च रह रहे डॉक्टरां दे वल्लों इस अधिकारी दे उत्ते सख्त कार्रवाई कीते जाण दी मंग कीती जा रही है। एक हंगामा कीता पुलिस ऑफिसर ने, ते की होया सारे? ये रात 12 बजे की गल है जी, एमरजेंसी दे विच एक व्यक्ति आया जो कि कह रहा सीगा कि मैं एडिशनल SHO PAU लुधियाना, ते उसकी नशे की हालत सी, शराब बहुत पीती हुई सीगी, ते उन्हें आके इत्थे हुल्लड़बाजी करनी स्टार्ट कर दित्ती, वीडियो बनानी शुरू कर दित्ती, ਸਾਡੇ ਨਾਲ ਔਨ ਡਿਊਟੀ ਸਟਾਫ ਨਾਲ ਸਾਰਿਆਂ ਨਾਲ ਬਦਤਮੀਜ਼ੀ ਕੀਤੀ ਹੈ ਉਹਨੇ, ਉਹ ਵੀਡੀਓ ਵਾਇਰਲ ਹੋ ਹੀ ਗਈ ਹੈ, ਅਤੇ ਉਸਦੇ ਨਾਲ ਹੀ ਉਸਨੇ ਸਾਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ। ਇਹ ਸਭ ਨੂੰ ਅਸੀਂ ਕੰਟਰੋਲ ਕਰਨ ਦੇ ਲਈ ਪੁਲਿਸ ਨੂੰ ਕਾਲ ਕੀਤੀ, ਪੁਲਿਸ ਮੁਲਾਜ਼ਮ ਜਿਹੜੇ ਡਿਊਟੀ 'ਤੇ ਪੋਸਟਡ ਸੀਗੇ ਉਹ ਵਿਦਇਨ ਮਿਨਟਸ ਸਾਡੇ ਕੋਲ ਆ ਗਏ, ਅਤੇ ਅਗਲੀ ਕਾਰਵਾਈ ਮਤਲਬ ਉਹਨਾਂ ਨੇ ਕੀਤੀ। ਮੈਡਮ ਕਾਰਨ ਕੀ ਹੈ ਸੀ? ਹੋਸਪਿਟਲ ਜਾਣ ਦਾ ਕੋਈ ਪੇਸ਼ੈਂਟ ਸੀ ਜਾਂ ਕਿਸੇ ਨੂੰ ਲੈ ਕੇ ਆਏ ਸੀ ਉਹ? ਨਹੀਂ ਜੀ, ਪਹਿਲਾਂ ਜਿਵੇਂ ਕਿ ਦੱਸਿਆ ਜਿਹੜੇ ਉੱਥੇ ਰਿਲੇਟਿਵ ਸੀਗੇ ਪੇਸ਼ੈਂਟ ਦੇ, ਹੋਰ ਪੇਸ਼ੈਂਟ ਦੇ ਰਿਲੇਟਿਵ ਸੀਗੇ, ਉਹਨਾਂ ਨੇ ਦੱਸਿਆ ਕਿ ਇਹ ਕਾਫੀ ਦੇਰ ਦਾ ਕੈਂਪਸ ਦੇ ਵਿੱਚ ਹੀ ਉੱਥੇ ਘੁੰਮ ਰਿਹਾ ਸੀ ਆਪਣੀ ਗੱਡੀ ਲੈ ਕੇ, ਅਤੇ ਉਸ ਤੋਂ ਬਾਅਦ ਇਹ ਐਂਟਰ ਕੀਤਾ ਐਮਰਜੈਂਸੀ ਦੇ ਵਿੱਚ, ਅਤੇ ਸ਼ਰਾਬ ਦੀ ਹਾਲਤ 'ਚ ਸੀਗਾ, ਕੁਛ ਕੰਪਲੇਂਟ ਤਾਂ ਕਰ ਹੀ ਨਹੀਂ ਰਿਹਾ ਸੀਗਾ, ਬਸ ਉਦਾਂ ਹੀ। ਕੋਈ ਵੀਡੀਓ ਸਾਹਮਣੇ ਆ ਰਹੀ ਹੈ ਕਿ ਗੋਲੀ ਮਾਰਨ ਦੀ ਧਮਕੀ ਦੇ ਰਹੇ ਨੇ ਜੀ? ਹਾਂਜੀ, ਉਹ ਜਦੋਂ ਅਸੀਂ ਥੋੜ੍ਹਾ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਥੋੜ੍ਹਾ ਕਿਹਾ ਇਹਨੂੰ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਇਹਨੇ ਸਾਨੂੰ ਕਿਹਾ ਕਿ ਮੈਂ ਮੇਰੇ ਤੋਂ ਪਰੇ ਰਹੋ ਟਾਈਪਸ, ਕਿ ਮੈਂ ਤੁਹਾਨੂੰ ਜਾਨ ਤੋਂ ਮਾਰ ਦੂੰਗਾ, ਗੋਲੀ ਕੱਢਣ ਨੂੰ 2 ਮਿੰਟ ਲੱਗਣਗੇ। ਲੋਕਲ ਪੁਲਿਸ ਇੱਥੇ ਆਈ ਸੀ, ਉਹਨਾਂ ਨੇ ਕੋਈ ਮੌਕੇ ਤੇ ਮੁਲਾਜ਼ਾ ਕਰਵਾਇਆ ਉਹਦਾ ਜੀ? ਹਾਂਜੀ, ਮੌਕੇ ਤੇ ਮੁਲਾਜ਼ਾ ਉਸੇ ਟਾਈਮ ਹੋ ਗਿਆ ਸੀ। ਮੈਡੀਕਲ ਰਿਪੋਰਟ 'ਚ ਪੁਸ਼ਟੀ ਹੋਈ ਹੈ ਕੋਈ ਉਹਦੀ ਡਰਿੰਕ ਦੀ ਜਾਂ ਕੋਈ ਹੋਰ ਨਸ਼ੇ ਦੀ? ਨਸ਼ੇ ਦੀ ਹਾਲਤ ਤਾਂ ਸੀਗਾ ਹੀ ਜੀ, ਉਹ ਸਾਰੇ ਉਹਦੇ ਜਿਹੜੇ ਕਲੀਨਿਕਲ ਹੀ ਸਾਰਾ ਪਤਾ ਲੱਗ ਰਿਹਾ ਸੀਗਾ ਕਿ ਉਹ ਸੀਗਾ, ਅਤੇ ਉਸ ਤੋਂ ਬਾਅਦ ਅਸੀਂ ਸੈਂਪਲ ਵੀ ਹੁਣ ਸੀਲ ਕਰਕੇ ਭੇਜਣੇ ਆ। ਮੈਮ ਹੁਣ ਜਿਹੜਾ ਤੁਸੀਂ ਰੋਸ ਜਿਤਾ ਰਹੇ ਹੋ, ਕਿਸ ਮੰਦਰ ਨੂੰ ਲੈ ਕੇ ਜਿਤਾ ਰਹੇ ਹੋ ਜੀ? ਅਸੀਂ ਸਾਡਾ ਸਾਰਾ ਸਮੂਹ ਸਟਾਫ ਅਸੀਂ ਬਹੁਤ ਹੀ ਖੌਫ ਦੇ ਵਿੱਚ ਹਾਂ ਹਾਲੇ ਤੱਕ ਕਿ ਉਹਨੇ ਸਾਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਆ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਆਉਣ ਤੱਕ ਇਹ ਚੀਜ਼ਾਂ ਨਾ ਹੋਣ, ਅਸੀਂ ਆਪਣਾ ਕੰਮ ਚੰਗੇ ਤਰੀਕੇ ਨਾਲ ਕਰ ਸਕੀਏ। ਕੀ ਨਾਮ ਤੁਹਾਡਾ? ਕਰਮਜੋਤ ਜੀ। ਕੀ ਘਟਨਾ ਹੋਈ ਜਰਾ ਤੁਹਾਨੂੰ? ਰਾਤ ਇੱਕ ਬੰਦਾ ਆਇਆ ਜੀ, ਅਤੇ ਉਹ ਗੱਡੀ 'ਚ ਬਾਹਰ ਐਮਰਜੈਂਸੀ ਬਾਹਰ ਕਾਫੀ ਟਾਈਮ ਬੈਠਾ ਰਿਹਾ ਜੀ, ਉਹਨੂੰ 2-3 ਵਾਰ ਜਾ ਕੇ ਅਸੀਂ ਦੇਖਿਆ ਜੀ, ਅਤੇ ਉਹ ਅੰਦਰ ਨਹੀਂ ਆਇਆ ਜੀ, ਅਤੇ ਸਾਨੂੰ ਲੱਗਿਆ ਕੋਈ ਚਲੋ ਹੋਣਾ ਜੀ, ਉਹਨੇ ਅੱਗੇ ਕਰਕੇ ਗੱਡੀ ਲਾ ਲਈ, ਉਹਨੇ ਬਾਹਰ ਵੀ ਕਈ ਲੋਕਾਂ ਨਾਲ ਬਹਿਸਬਾਜ਼ੀ ਜੀ ਕੀਤੀ ਪਹਿਲਾਂ ਜਿਹੜੇ ਮਰੀਜ਼ ਸੀ ਪੇਸ਼ੈਂਟਾਂ ਨਾਲ ਜੀ, ਅਤੇ ਉਹ ਤੋਂ ਬਾਅਦ 12:30 ਵਜੇ ਦੇ ਕਰੀਬ ਜੀ ਉਹ ਅੰਦਰ ਆਇਆ, ਐਂਟਰ ਕੀਤਾ ਜੀ, ਉਹਨੇ ਅੰਦਰ ਆ ਕੇ ਉਹਨੇ ਲੋਕ ਕਮਰੇ ਨੂੰ ਖੜਕਾ ਕੇ ਬੋਲਿਆ ਜੀ, ਅਤੇ ਅਸੀਂ ਬਾਹਰ ਜਾ ਕੇ ਉਹਨੂੰ ਪੁੱਛਿਆ ਵੀ ਹਾਂਜੀ ਦੱਸੋ ਸਰ ਕੀ ਤਕਲੀਫ ਹੈ ਜੀ, ਅਤੇ ਉਹਨੇ ਪੂਰੀ ਸ਼ਰਾਬ ਦੇ ਨਸ਼ੇ 'ਚ ਡਰਿੰਕ ਕੀਤੀ ਵੀ ਤੀ ਜੀ, ਉਹ ਸਿੱਧਾ ਹੀ ਸਾਨੂੰ ਬੋਲਣ ਲੱਗ ਗਿਆ, ਗਾਲਾਂ ਕੱਢ ਰਿਹਾ ਸੀਗਾ ਜੀ, ਅਤੇ ਸਾਡੀ ਵੀਡੀਓ ਬਣਾਉਣ ਲੱਗਿਆ ਹੋਇਆ ਜੀ, ਅਤੇ ਸਾਨੂੰ ਧਮਕੀਆਂ ਦੇਣ ਲੱਗਿਆ ਹੋਇਆ ਜੀ।
ਧਮਕੀਆਂ ਕਿਉਂ ਦੇਣ ਲੱਗੇ ਕੀ ਕਾਰਨ ਸੀ ਸਰ ਬਸ ਔਨ ਡਿਊਟੀ ਦੇ ਕਹਿਣ ਲੱਗੇ ਕਹਿੰਦੇ ਡਾਕਟਰ ਕਿੱਥੇ ਆ ਜੀ ਇੱਦਾਂ ਹੀ ਕਹਿੰਦੇ ਜੀ ਤੁਸੀਂ ਬੈਠੇ ਨਹੀਂ ਹੈਗੇ ਸਾਰੇ ਡਾਕਟਰ ਰੂਮ ਉੱਧਰ ਸੀਗੇ ਜੀ ਡਿਲੀਵਰੀ ਰੂਮ 'ਚ ਜੀ ਅਤੇ ਅਸੀਂ ਇੱਧਰ ਆਪਣੇ ਐਮਰਜੈਂਸੀ ਰੂਮ 'ਚ ਤੇ ਦੋ ਜਣੇ ਜੀ ਪਹਿਲਾਂ ਵੀ ਤੁਸੀਂ ਦੇਖੇ ਰਹੇ ਸਰ ਮੇਰੀ ਰਾਤ ਨਾਈਟ ਸੀਗੀ ਮੈਨੂੰ ਤਾਂ ਮਿਲੇ ਨੇ ਜੀ ਰਾਤ ਉਹਨੇ ਤੁਹਾਨੂੰ ਕੋਈ ਧਮਕੀ ਵੀ ਦਿੱਤੀ ਸਰ ਕਹਿ ਰਿਹਾ ਸੀਗਾ ਕਹਿੰਦਾ ਗੋਲੀ ਮਾਰ ਦੇਣੀ ਕਹਿੰਦਾ ਮੈਂ ਇੱਕ ਮਿੰਟ 'ਚ ਜੀ ਉਹ ਬਹੁਤ ਧਮਕੀਆਂ ਦੇ ਰਹੇ ਸੀਗੇ ਜੀ ਕਹਿੰਦੇ ਜਾਨੋਂ ਮਾਰ ਦੇਣਾ ਜੀ ਤੁਹਾਨੂੰ ਹੈ ਕੌਣ ਬੰਦਾ ਹੈ ਕੀ ਹੈ ਸਰ ਆਪਣੇ ਆਪ ਲੁਧਿਆਣੇ ਤੋਂ ਦੱਸ ਰਿਹਾ ਜੀ ਉਹ ASI ਦੱਸ ਰਿਹਾ ਸੀਗਾ ਕਹਿੰਦੇ ਥਾਣੇਦਾਰ ਪਤਾ ਨਹੀਂ ਕੀ ਹੈ ਜੀ ਅਤੇ ਰਾਤ ਫਿਰ ਪੁਲਿਸ ਨੂੰ ਚਲਾ ਦਿੱਤੀ ਹਾਂਜੀ ਸਰ ਫਿਰ ਮੁਨਸ਼ੀ ਨੂੰ ਫੋਨ ਕੀਤਾ ਸੀਗਾ ਥਾਣੇ ਸਮਰਾਲੇ ਜੀ ਅਤੇ ਉਹਨਾਂ ਨੇ ਫਿਰ ਆਪਣੇ ਮੁਲਾਜ਼ਮ ਭੇਜੇ ਜੀ ਜਿਹੜੇ ਕਿ ਚੌਂਕ 'ਚ ਹਾਜ਼ਰ ਸੀਗੇ ਡਿਊਟੀ 'ਤੇ ਫਿਰ ਉਹਨਾਂ ਨੇ ਆ ਕੇ ਜੀ ਉਹਨਾਂ ਨੂੰ ਸਾਂਭਿਆ ਜੀ ਉਹਨਾਂ ਨਾਲ ਵੀ ਉਹਨੇ ਬਹੁਤ ਹੁੱਲੜਬਾਜ਼ੀ ਅਤੇ ਧੱਕਾਸ਼ਾਹੀ ਕੀਤੀ ਜੀ ਅਤੇ ਸਰ ਲੋਕ ਉਹਨੇ ਕੁੰਡਾ ਤੋੜਤਾ ਜੀ ਦਰਵਾਜ਼ੇ 'ਤੇ ਰਾਤ ਜੀ ਹੱਥੋਂ ਬਾਈ ਬਹੁਤ ਕੀਤੀ ਹੈ ਜੀ ਉਹਨੇ ਰਾਤ ਜੀ ਉੱਧਰ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਪੁਲਿਸ ਵਾਲੇ ਦੇ ਉੱਤੇ ਸਖਤ ਕਾਰਵਾਈ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ SHO ਸਾਹਿਬ ਇੱਕ ਰਾਤ ਸਿਵਲ ਹਸਪੀਟਲ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਡਾਕਟਰਾਂ ਨੇ ਵੀ ਦੱਸਿਆ ਕੋਈ ਮੁਲਾਜ਼ਮ ਆ ਜਿਹੜਾ ਕਿ ਕੋਈ ਦੱਸ ਰਿਹਾ ਆਪਣੇ ਆਪ ਨੂੰ ਮੈਂ ਐਡੀਸ਼ਨਲ SHO ਲੱਗਿਆ ਹੋਇਆ ਕਿਸੇ ਥਾਣੇ 'ਚ ਉਸਨੇ ਗਾਲੀ ਗਲੋਚ ਵੀ ਕੱਢੀ ਅਤੇ ਗੋਲੀ ਮਾਰਨ ਦੀ ਵੀ ਧਮਕੀਆਂ ਦਿੱਤੀਆਂ ਅਤੇ ਕੀ ਹੈਗਾ ਜੀ ਇਹ ਪਰਮਿੰਦਰ ਸਿੰਘ ASI ਹੈ PAU ਉੱਥੇ ਲੁਧਿਆਣੇ ਵੀ ਲੱਗਾ ਹੋਇਆ ਉੱਥੇ ਥਾਣੇ ਦੇ ਵਿੱਚ ਪਰ ਇਹ ਕੋਈ ਸ਼ਰਾਬੀ ਹਾਲਤ ਦੇ ਵਿੱਚ ਉੱਥੇ ਗਿਆ ਸੀਗਾ ਪਰ ਇਹ ਜਦੋਂ ਉਹਨੇ ਉੱਥੇ ਬਦਤਮੀਜ਼ੀ ਕੀਤੀ ਉਹਨਾਂ ਨੂੰ ਡਾਕਟਰਾਂ ਨਾਲ ਕੋਈ ਬੋਲਿਆ ਉੱਚਾ ਨੀਵਾਂ ਉਹਨਾਂ ਨਾਲ ਅਤੇ ਡਾਕਟਰ ਨੇ ਮੈਨੂੰ ਫੋਨ ਕੀਤਾ ਸੀ ਅਤੇ ਉਸ 'ਤੇ ਤੁਰੰਤ ਫੋਰਸ ਭੇਜਤੀ ਸੀ ਅਤੇ ਇਹਨੂੰ ਲੈ ਆਉਂਦਾ ਇਹਦੇ ਖਿਲਾਫ਼ ਹੈ ਜਿਹੜੀ ਵੀ ਬਣਦੀ ਕਾਰਵਾਈ ਡਾਕਟਰ ਕੰਪਲੇਂਟ ਕਰਨਗੇ ਤੁਸੀਂ ਉਹ ਬਣਦੀ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ਼ ਸਰ ਜਿਹੜਾ ਰਾਤ ਮਾਮਲਾ ਸੀ ਕਿਹੋ ਜਿਹੀ ਹਾਲਤ ਦੇ ਵਿੱਚ ਜਾਂ ਤੁਸੀਂ ਇਸ ਨੂੰ ਲਿਆਂਦਾ ਉਸ ਟਾਈਮ ਤਾਂ ਇਹਨੇ ਥੋੜ੍ਹੀ ਦਾਰੂ ਵਗੈਰਾ ਪੀਤੀ ਹੋਈ ਸੀ ਉਹਨੇ ਡਾਕਟਰ ਨੇ ਇਹਦਾ ਮੈਡੀਕਲ ਕਰਤਾ ਸੀਗਾ ਉਹ ਉਸ ਟਾਈਮ ਹੀ ਅਤੇ ਬਾਕੀ ਇਹ ਸਾਡੇ ਕੋਲ ਬੈਠਾ ਇਹਨੂੰ ਡਾਕਟਰਾਂ ਦੀ ਜਿਵੇਂ ਕੰਪਲੇਂਟ ਉਹਦੀ ਕਾਰਵਾਈ ਕਰ